ਕੱਲ ਆਪਾਂ ਕਰ ਰਹੇ ਸੀ ਮੁੜ ਵੇਖਿਆ ਪਿੰਡ, ਸਾਡੀ ਰੀਡਿੰਗ ਕੰਪਲੀਟ ਹੋ ਗਈ। ਠੀਕ ਹੈ, ਵਨ ਵਰਡ ਦੇ ਆਈ ਥਿੰਕ ਮੈਂ ਤੁਹਾਨੂੰ ਅਸਾਈਨਮੈਂਟ ਸੈਂਡ ਕਰ ਦਿੱਤੀ ਹੋਈ ਹੈ ਗਰੁੱਪ ਵਿੱਚ। ਠੀਕ ਹੈ, ਉਹਦੇ ਵੀ ਆਪਾਂ ਅਗਰ ਸਾਨੂੰ ਟਾਈਮ ਮਿਲਿਆ ਤਾਂ ਆਪਾਂ ਉਹ ਵੀ ਡਿਸਕਸ ਕਰਾਂਗੇ। ਔਰ ਤੁਸੀਂ ਆਪਣੀ ਫੇਅਰ ਕਾਪੀ ਤੇ ਕੋਈ 10 ਸ਼ਾਰਟ ਕੁਐਸਚਨਸ ਲਿਖਣੇ ਨੇ, ਸਾਰੇ ਲਿਖਣੇ ਨਹੀਂ ਹਨ, ਬਾਕੀ ਤੁਸੀਂ ਆਪਣੇ ਬੁੱਕ ਉੱਤੇ ਹੀ ਮਾਰਕ ਕਰ ਲਓ ਪੈਨਸਿਲ ਦੇ ਨਾਲ। ਠੀਕ ਹੈ, ਸੋ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਆਪਾਂ ਇਸ ਚੈਪਟਰ ਦੇ ਵਿੱਚ 2 ਦਿਨ ਆਪਾਂ ਚੈਪਟਰ ਨੂੰ ਲਗਾਏ, ਚੈਪਟਰ ਵਿੱਚ ਪੜਿਆ ਕੀ ਹੈ? ਸਾਰ, ਮੁੜ ਵੇਖਿਆ ਪਿੰਡ, ਲੇਖ ਦਾ ਸਾਰ, ਬਲਰਾਜ ਸਾਨੀ ਦਾ ਲਿਖਿਆ ਹੋਇਆ ਹੈ। ਬਲਰਾਜ ਸਾਨੀ ਅਦਾਕਾਰ ਸਨ, ਆਰਟਿਸਟ ਸਨ, ਇਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਹਨ। ਮੇਰਾ ਪਾਕਿਸਤਾਨੀ ਸਫ਼ਰਨਾਮਾ ਇਹਨਾਂ ਦਾ ਬਹੁਤ ਵਧੀਆ ਸਫ਼ਰਨਾਮਾ ਹੈ, ਉਹਦੇ ਵਿੱਚੋਂ ਹੀ ਕੁਝ ਹਿੱਸਾ ਇਹ ਲਿਆ ਗਿਆ ਹੈ ਜੋ ਕਿ ਹੈ ਮੁੜ ਵੇਖਿਆ ਪਿੰਡ। ਕੌਣ ਦੱਸੇਗਾ? ਸਾਰ ਸੁਣਾਣਾ ਤੁਸੀਂ? ਦੀਆ, ਲੇਖ ਮੁੜ ਵੇਖਿਆ ਪਿੰਡ ਲੇਖਕ ਬਲਰਾਜ ਸਾਨੀ ਦਾ ਲਿਖਿਆ ਹੋਇਆ ਹੈ। ਇਹ ਵਾਰਤਕ ਦਾ ਨਮੂਨਾ ਮੇਰੇ ਪਾਕਿਸਤਾਨੀ ਸਫ਼ਰਨਾਮੇ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਲੇਖਕ ਨੇ ਬਿਆਨ ਕੀਤਾ ਹੈ ਕਿਵੇਂ ਉਹ 40 ਸਾਲ ਬਾਅਦ ਆਪਣੇ ਪਿੰਡ ਰਾਵਲ ਪਿੰਡੀ ਆਪਣੇ ਪਿੰਡ ਪੇਰੇ ਗਿਆ। ਉਸਦੇ ਵਿਚਾਰਾਂ ਅਤੇ ਖਿਆਲਾਂ ਨੂੰ ਇਸ ਵਿੱਚ ਬਿਆਨ ਕੀਤਾ ਗਿਆ ਹੈ। ਲੇਖਕ ਦੱਸਦਾ ਹੈ ਕਿ ਉਹ ਇੱਥੇ 40 ਸਾਲ ਆਪਣੇ ਪਿੰਡ 40 ਸਾਲ ਬਾਅਦ ਗਿਆ ਹੈ ਤੇ ਜਦੋਂ ਆਖਰੀ ਵਾਰ ਉਹ ਉੱਥੇ ਸੀ ਉਹ ਮਸਾਂ 8-9 ਸਾਲ ਦਾ ਸੀ। ਉਹ ਦੱਸਦਾ ਹੈ ਕਿ ਉਹ ਇਸਦੀ ਜਾਣਕਾਰੀ ਦਿੰਦਾ ਹੈ ਕਿ ਪੇਰਾ ਇੱਕ ਨਿੱਕਾ ਜਿਹਾ ਸ਼ਹਿਰ ਹੈ, ਉਸਦੇ ਗਲੀ ਗਲੀ ਵਿੱਚ ਉਹ ਘੁੰਮਦੇ ਰਹੇ ਹਨ, ਪਰ ਉਹਨਾਂ ਨੂੰ ਹਿੰਦੁਸਤਾਨ ਦੇ ਬਟਵਾਰੇ ਹੋਣ ਕਰਕੇ ਆਪਣਾ ਉਹ ਪਿੰਡ ਛੱਡਣਾ ਪਿਆ ਅਤੇ ਉਹ ਹਿੰਦੁਸਤਾਨ ਆ ਗਏ। ਉਹ ਦੱਸਦਾ ਹੈ ਕਿਵੇਂ ਉਹ ਆਪਣੇ ਚਾਚਾ ਜੀ ਨੂੰ ਮਿਲਿਆ ਅਤੇ ਦੱਸਦਾ ਹੈ ਕਿ ਉਸਨੂੰ ਕਿਵੇਂ ਲੱਗਿਆ ਕਿ ਉਹਨਾਂ ਵਿੱਚ ਕੋਈ ਖਾਈ ਖਾਈ ਜਿਹੀ ਹੈ, ਕਿਉਂਕਿ ਹੁਣ ਉਹ ਪਾਕਿਸਤਾਨੀ ਸਨ ਤੇ ਉਹ ਹਿੰਦੁਸਤਾਨੀ। ਉਹ ਦੱਸਦਾ ਹੈ ਉਹ ਸਿਰਫ 3 ਘੰਟੇ ਲਈ ਪਾਕਿਸਤਾਨ ਆਪਣੇ ਪਿੰਡ ਵੇਖਣ ਲਈ ਗਿਆ ਸੀ, ਉਸ ਕੋਲ ਸਿਰਫ 3 ਘੰਟੇ ਸਨ ਅਤੇ ਕਿਵੇਂ ਬੱਸ ਅੱਡੇ ਤੇ ਪਹੁੰਚ ਕੇ ਉਹ ਇੱਕ ਆਦਮੀ ਨੂੰ ਦੱਸਦਾ ਹੈ ਕਿ ਉਹ ਇੱਥੇ ਬਹੁਤ ਮਿੱਟੀ ਦੀ ਖੁਸ਼ਬੂ ਲਈ ਸਿਰਫ ਆਇਆ ਹੈ ਤੇ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਅਤੇ ਬੱਸ ਨੂੰ 15 ਮਿੰਟਾਂ ਵਿੱਚ ਹੀ ਤੋੜ ਦਿੰਦਾ ਹੈ। ਉਹ ਆਪਣੇ ਸਾਥੀਆਂ ਨਾਲ ਇੱਥੇ ਆਇਆ ਹੁੰਦਾ ਹੈ, ਉਹ ਆਪਣੀ ਪੁਰਾਣੀ ਆਦਤਾਂ ਬਾਰੇ ਸੋਚ ਕੇ ਬਹੁਤ ਖੁਸ਼ ਅਤੇ ਦੁਖੀ ਹੋ ਜਾਂਦਾ ਹੈ। ਸੋਚਦਾ ਹੈ ਕਿ ਮੈਂ ਇੱਥੇ ਕਿਉਂ ਆਇਆ ਹਾਂ, ਇੱਥੇ ਤਾਂ ਕੁਛ ਵੀ ਨਹੀਂ, ਇੱਥੇ ਹੁਣ ਉਸਦਾ ਕੁਛ ਵੀ ਨਹੀਂ ਹੈ, ਸਾਰੇ ਇਹ ਓਪਰਾ ਦੇਸ਼ ਹੈ, ਓਪਰੀ ਥਾਂ ਹੈ ਅਤੇ ਓਪਰੇ ਬੰਦਿਆਂ ਦੀ ਮੌਜੂਦਗੀ ਵਿੱਚ ਉਹ ਰੋਣ ਲੱਗ ਪਿਆ ਜਦੋਂ ਉਸਨੂੰ ਉਸਦੀ ਭੈਣ ਦੀ ਯਾਦ ਆਈ। ਉਹ ਰੱਬ ਤੋਂ ਗੁਜ਼ਾਰਿਸ਼ ਕਰਦਾ ਹੈ ਕਿ ਉਹ ਉਸਦੀ ਮਰੀ ਹੋਈ ਭੈਣ ਨੂੰ ਵਾਪਿਸ ਲੁਟਾ ਦੇਵੇ। ਠੀਕ ਹੈ, ਗੁੱਡ, ਰਾਈਟ। ਸਾਰ ਦੀਆਂ ਨੇ ਸੋਰੀ ਸੁਣਾ ਦਿੱਤਾ ਤੇ ਐਂਡ ਵਿੱਚ ਇੱਕ ਥੋੜਾ ਜਿਹਾ ਟਚਿੰਗ ਹੈ ਕਿ ਅੰਤ ਵਿੱਚ ਉਹਨੂੰ ਆਪਣੀ ਭੈਣ ਦੀ ਯਾਦ ਆਉਂਦੀ ਹੈ ਜੋ ਅਸ਼ਮਿਤ ਕੱਲ ਪੁੱਛ ਰਿਹਾ ਸੀ। ਠੀਕ ਹੈ, ਤੇ ਉੱਥੋਂ ਟਾਈਮ ਓਵਰ ਹੋ ਗਿਆ ਸੀ ਤੇ ਮਤਲਬ ਉਹ ਕਹਿੰਦਾ ਹੈ ਕਿ ਮੈਂ ਹੁਣ ਇਹਨਾਂ ਪਰਾਏ ਲੋਕਾਂ ਵਿੱਚ ਕੀ ਕਰ ਰਿਹਾ ਹਾਂ ਜਦਕਿ ਮੇਰਾ ਇੱਥੇ ਆਪਣਾ ਕੋਈ ਨਹੀਂ ਹੈ। ਠੀਕ ਹੈ, ਸੋ ਇਹ ਸੀ ਸਾਰ। ਓਕੇ, ਮੇਰਾ ਮੁੜ ਵੇਖਿਆ ਪਿੰਡ ਦਾ। ਹੁਣ ਆਪਾਂ ਕਰਨਾ ਨੇ ਬੇਟਾ ਕੁਸ਼ਚਨ ਆਨਸਰਸ ਬੈਕ ਐਕਸਰਸਾਈਜ਼ ਸੇ। ਸੋ ਫਸਟ ਕੁਸ਼ਚਨ ਹੈ, ਲੇਖਕ ਪੇਰੇ ਜਾਣ ਲਈ ਕਿਉਂ ਉਤਾਵਲਾ ਹੈ? ਉਤਾਵਲਾ ਮਤਲਬ ਐਕਸਾਈਟਡ, ਕਿਉਂ ਸੀ ਉਤਾਵਲਾ? ਹਾਂਜੀ ਰਮਨੀ। ਯੈਸ ਮੈਮ, ਪੇਰਾ ਲੇਖਕ ਦਾ ਜਨਮ ਸਥਾਨ ਹੈ ਜਿੱਥੇ ਉਸਨੇ ਆਪਣਾ ਬਚਪਨ ਗੁਜ਼ਾਰਿਆ ਸੀ। ਉਸਦੇ ਬਚਪਨ ਦੀਆਂ ਮਿੱਠੀਆਂ ਯਾਦਾਂ 40 ਸਾਲਾਂ ਤੋਂ ਉਸਦੇ ਹਿਰਦੇ ਅੰਦਰ ਸਮਾਈਆਂ ਹੋਈਆਂ ਹਨ। ਇੱਥੇ ਹੀ ਉਸਦੇ ਸਾਰੇ ਜੀ ਰਹਿੰਦੇ ਸਨ ਤੇ ਇੱਥੇ ਉਸਦੀਆਂ ਬਹੁਤ ਸਾਰੀਆਂ ਯਾਦਾਂ ਸਨ ਤੇ ਉਹ ਆਪਣੇ ਪਿੰਡ ਨੂੰ ਬਹੁਤ ਯਾਦ ਕਰ ਰਿਹਾ ਸੀ, ਇਸ ਲਈ ਲੇਖਕ ਪੇਰੇ ਜਾਣ ਲਈ ਉਤਾਵਲਾ ਹੈ। ਠੀਕ ਹੈ, ਲਵਲੀਨਾ। ਯੈਸ ਮੈਮ, ਲੇਖਕ ਪੇਰੇ ਜਾਣ ਲਈ ਇਸ ਲਈ ਉਤਾਵਲਾ ਸੀ ਕਿਉਂਕਿ ਉਹ 40 ਸਾਲਾਂ ਬਾਅਦ ਆਪਣੇ ਜਨਮ ਸਥਾਨ ਤੇ ਜਾਣ ਲੱਗਾ ਸੀ ਅਤੇ ਉਸਦੇ ਦੋਸਤ ਅਤੇ ਪਰਿਵਾਰ ਵੀ ਉੱਥੋਂ ਦੇ ਹੀ ਸਨ। ਉੱਥੇ ਉਸਦਾ ਜਨਮ ਹੋਇਆ ਸੀ, ਉਸਦੇ ਬਚਪਨ ਦੀਆਂ ਮਿੱਠੀਆਂ ਯਾਦਾਂ ਉਸਦੇ ਨਾਲ ਸਨ ਅਤੇ ਉਸਦਾ ਪਿੰਡ ਉਸਦੇ ਦਿਲ ਵਿੱਚ ਸਮਾਇਆ ਹੋਇਆ ਸੀ। ਠੀਕ ਹੈ, ਗੁੱਡ।
राइट के लेखक तेरे जान लिए उतावला की सी क्योंकि ओह उहदा जन्म स्थान सी उत्थे ही उन्हें अपना बचपन बिताया सी ठीक है ते ओ उतावला या ओ बहुत ज्यादा खुश सी इसलिए अपने दोस्तों दे नाल पेरे जाण लई तैयार हो गया सी ठीक है उन्हें लगता सीगा कि उत्थे जाके अपने पुराने घर नू अपने बीते हुए बचपन नू मुड़ जीवेगा ठीक है इसलिए वह बहुत ज्यादा खुश भी सी ते उतावला भी सी ठीक है। नेक्स्ट क्वेश्चन बस अड्डे का प्रबंधक अते थाने का इंस्पेक्टर लेखक नाल किवें पेश आए। प्रबंधक मतलब जो मैनेज कर रहा सी ते थानेदार दिया बस अड्डे का प्रबंधक अते थाने का इंस्पेक्टर लेखक नाल बहुत प्यार नाल पेश आए उन्होंने उसकी परिस्थिति नू समझिया ते उसनू उसदा उसदी गल मान के बस अड्डे दे प्रबंधक ने बस नू 15 मिनट पहला ही तोड़ दिता अते इंस्पेक्टर ने भी उस आमद अते रुखसत दोवां दे अंतरिक्ष इक्को समय ते कर दिते तां जो उसका समय समा बच सके। उन्होंने बहुत प्यार दोहा ने बहुत ही प्यार नाल लेखक नाल पेश आया। ठीक है अश्प्रीत हमदर्दी यस मैम हां जी बस अड्डे का प्रबंधक ते थाने का इंस्पेक्टर लेखक नाल बड़ी हमदर्दी ते प्यार नाल पेश आया उन्होंने लेखक दे सुख ते भावनावां दा पूरा ख्याल रखिया बस अड्डे का प्रबंधक भी उसका पूरा साथ दे रहा सी उसने बस नू 15 मिनट पहला ही तोड़ दिता अते इंस्पेक्टर ने भी उसके आमद ते रुखसत दे दस्तखत पहला ही कर दिते तां जो उसका समा बच जाए। ठीक है गुड राइट पहला तुसी प्रबंधक दा लिखना है कि बस जो बुलोवाल दे भुलोवाल पंजाबी विच भुलोवाल है ठीक है बोल आपा बुलोवाल दिंदे हां उहनूं जो भुलोवाल दी बस अड्डे ते जाके रुकी तां लेखक बहुत ज्यादा परेशान होया क्योंकि उहनूं लगदा सीगा कि इत्थे मेरा बहुत ज्यादा समा जिहड़ा है वह खराब हो जाएगा क्योंकि उहदे कोल सिर्फ 3 घंटे सन अपना जन्म स्थान अपना पिंड घूमण लई ठीक है ते उह उहदे प्रबंधक कोल गया प्रबंधक ने भी उहदे नाल बहुत ज्यादा वधिया तरीके दे नाल उह पेश आया उहनूं पुछया कि अपनी मिट्टी दे नाल अपनी वतन दे नाल हर कोई प्यार करदा है ठीक है ते फिर उहनूं उहदी इक भावना नूं महसूस करदे होया उहने 15 मिनट पहला ही बस चला दित्ती ठीक है इह प्रबंधक दा लिखना। फिर तुसीं लिखना है कि थानेदार दा ठीक है इंस्पैक्टर दा कि जो इंस्पैक्टर उत्थे ओह पहुंचिया कोतवाली ते इंस्पैक्टर ने बहुत वधिया तरीके नाल उहनां दा स्वागत कीता ते उहदे जिहड़ा पासपोर्ट है उहदे आण ते जाण ते इक्को ही समय उहने दस्तखत कर दित्ते तां कि उहनां दा समां जिहड़ा है ओह बच सके ठीक है। नेक्स्ट पेरा शहर विच खुखरान बरादरी वालियां दे किहड़े किहड़े मुहल्ले सन। खुखरान एक बरादरी मतलब एक की उन्हें कहते हैं जिथे पूरी की पूरी बरादरी होंगी पूरे इको ही सरनेम वाले होंगे हैं उसके विच तुसी दसना है। हाँ जी लवलीना पेरा निक्का जिहा शहर सी उस विच खुखरान बरादरी वालियां दे अपने अपने अलग अलग मोहल्ले सन उत्थे सानिया दा आनंदा दा मोहल्ला आदि सन। ये मोहल्ले बहुत देर पहले दे बने हुए सन हर मोहल्ले दा अपना अपना दरवाजा हुंदा सी। ठीक है गुड केड़ा केड़ा मोहल्ला है सानिया दा और केड़ा सी कोलिया दा ते आनंदा दा ठीक है ये मोहल्ले सन केड़ी बरादरी दे सन खुखरान बरादरी दे ठीक है खुखरान बरादरी दे ए वाले सारे महल्ले उना दे अलग सन ते तुसी लिखना है कि हर एक महल्ले दा एक दरवाजा हुंदा सी मतलब जिस तरह अजकल कलोनिया ने कलोनी दे तुसी देखा होगा गेट हुंदा हर एक कलोनी दा ठीक है हर एक दरवाजा सी हर एक जिहड़ी जात दे लोक सन या जो भी सरनेम वाले लोग सन ओ एक ही कलोनी दे विच रहिंदे सन ठीक है पर उन्हों का आपस में प्यार सी राइट
ਤੇ ਇੱਕ ਜਦੋਂ ਉਹ ਸਟਾਰਟਿੰਗ ਵਿੱਚ ਸਭ ਤੋਂ ਪਹਿਲਾਂ ਜਦੋਂ ਪਿੰਡ ਵਿੱਚ ਐਂਟਰ ਹੁੰਦੇ ਆ ਤੇ ਉਦੋਂ ਸਭ ਤੋਂ ਪਹਿਲਾਂ ਸਾਮੀਆਂ ਦਾ ਮਹੱਲਾ ਆਉਂਦਾ ਹੈ। ਠੀਕ ਹੈ, ਲਿਖਿਆ ਹੋਇਆ ਸੀ ਨਾ ਤੁਹਾਡੇ ਬੁੱਕ ਦੇ ਵਿੱਚ, ਜਦੋਂ ਖੂਹ ਦੇ ਅੱਗੇ ਆਉਂਦੇ ਤਾਂ ਪਹਿਲਾਂ ਆਉਂਦਾ ਹੈ ਸਾਮੀਆਂ ਦਾ ਮਹੱਲਾ। ਠੀਕ ਹੈ, ਨੈਕਸਟ, ਕੀ ਕਰਾਂ ਜੀ ਮਿੱਟੀ ਖਿੱਚ ਲਿਆਈ ਹੈ, ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? ਰਮਨੀ? ਯੈਸ ਮੈਮ, ਇਹ ਸ਼ਬਦ ਲੇਖਕ ਨੇ ਬੱਸ ਅੱਡੇ ਦੇ ਪ੍ਰਬੰਧਕ ਨੂੰ ਉਸ ਵਕਤ ਕਹੇ ਜਦੋਂ 40 ਸਾਲਾਂ ਬਾਅਦ ਉਹ ਕੇਵਲ 3 ਘੰਟਿਆਂ ਲਈ ਆਪਣੇ ਜੱਦੀ ਸ਼ਹਿਰ ਦੇਖਣ ਦੇ ਕਾਬਿਲ ਹੋਇਆ ਸੀ। ਉਸਨੂੰ ਆਪਣਾ ਪਿੰਡ ਬਹੁਤ ਯਾਦ ਆ ਰਿਹਾ ਸੀ, ਇਸ ਲਈ ਉਹ ਪੇਰੇ ਆ ਗਿਆ। ਪਰ ਅੱਡੇ ਦੇ ਪ੍ਰਬੰਧਕ ਨੇ ਲੇਖਕ ਨੂੰ ਕਿਹਾ ਕਿ ਪੇਰੇ ਵਿੱਚ ਹੁਣ ਹੈ ਕਿ ਜਿਸ ਨੂੰ ਵੇਖਣ ਟੁਰੀ ਜਾ ਰਹੇ ਹੋ, ਇਸ ਲਈ ਉਦੋਂ ਲੇਖਕ ਨੇ ਇਹ ਸ਼ਬਦ ਕਹੇ। ਗੁਡ, ਲਵਲੀਨਾ। ਇਹ ਸ਼ਬਦ ਲੇਖਕ ਨੇ ਬੱਸ ਦੇ ਪ੍ਰਬੰਧਕ ਨੂੰ ਕਹੇ ਸਨ ਕਿਉਂਕਿ ਉਸਦੇ ਪਿੰਡ ਨਾਲ ਉਸਦਾ ਬਹੁਤ ਲਗਾਵ ਸੀ। ਉਸਨੇ ਆਪਣੇ ਬਚਪਨ ਦੇ ਰੰਗੀਲੇ ਦਿਨ ਪੇਰੇ ਵਿੱਚ ਬਿਤਾਏ ਸਨ ਅਤੇ ਉਸਦੇ ਦੋਸਤ ਅਤੇ ਪਰਿਵਾਰ ਵੀ ਉਸੇ ਪਿੰਡ ਦੇ ਸਨ। ਉਸਨੂੰ ਆਪਣੇ ਪਿੰਡ ਦੀ ਬਹੁਤ ਯਾਦ ਆ ਰਹੀ ਸੀ, ਇਸ ਕਰਕੇ ਉਹ 40 ਸਾਲਾਂ ਬਾਅਦ ਪੇਰੇ ਵੱਲ ਨੂੰ ਤੁਰ ਪਿਆ। ਠੀਕ ਹੈ, ਕਿਸਨੇ ਕਹੇ ਸਨ? ਲੇਖਕ ਨੇ, ਬਲਰਾਜ ਸਾਨੀ ਨੇ ਬੱਸ ਅੱਡੇ ਦੇ ਪ੍ਰਬੰਧਕ ਨੂੰ ਕਹੇ ਸੀਗੇ। ਠੀਕ ਹੈ, ਜਦੋਂ ਉਹਨੂੰ ਲੱਗਾ ਕਿ ਉੱਥੇ ਬੱਸ ਖੜੀ ਹੈ, 45 ਮਿੰਟ ਹੋ ਜਾਣਗੇ, ਮੇਰਾ ਟਾਈਮ ਖਰਾਬ ਹੋ ਜਾਏਗਾ ਕਿਉਂਕਿ ਉਹਦੇ ਕੋਲ ਸਿਰਫ 3 ਘੰਟੇ ਨੇ ਆਪਣਾ ਵਤਨ ਘੁੰਮਣ ਦੇ ਲਈ। ਤੇ ਪ੍ਰਬੰਧਕ ਉਹਨੂੰ ਕਹਿੰਦਾ ਹੈ ਕਿ ਤੁਸੀਂ ਉੱਥੇ ਜਾਣਾ ਕੀ ਕਰਨ ਹੈ? ਠੀਕ ਹੈ, ਉੱਥੇ ਤੁਸੀਂ ਸਿਰਫ ਮਿੱਟੀ ਦੇਖਣ ਜਾਣਾ ਹੈ। ਤੇ ਅੱਗੋਂ ਦੀ ਲੇਖਕ ਕਹਿੰਦਾ, ਕੀ ਕਰਾਂ ਜੀ, ਮੈਨੂੰ ਮਿੱਟੀ ਖਿੱਚ ਲਿਆ, ਮਤਲਬ ਮੈਨੂੰ ਵਤਨ ਦਾ ਪਿਆਰ ਖਿੱਚ ਲਿਆ ਹੈ ਤੇ ਇਸ ਲਈ ਮੈਂ ਉਸਨੂੰ ਦੇਖਣਾ ਚਾਹੁੰਦਾ ਹਾਂ। ਤੇ ਇਹ ਸੁਣ ਕੇ, ਅੱਗੋਂ ਥੋੜਾ ਜਿਹਾ ਐਕਸਪਲੇਨ ਵੀ ਕਰ ਦਿਓ, ਇਹ ਸੁਣ ਕੇ ਪ੍ਰਬੰਧਕ ਨੇ ਕੀ ਕੀਤਾ, ਬੱਸ ਜਿਹੜੀ ਹੈ ਉਹ 15 ਮਿੰਟ ਪਹਿਲਾਂ ਦੀ ਹੀ ਚਲਾ ਦਿੱਤੀ। ਠੀਕ ਹੈ, ਨੈਕਸਟ, ਲੇਖਕ ਨੂੰ ਆਪਣੀ ਗਲੀ ਦਾ ਦ੍ਰਿਸ਼ ਵੇਖ ਕੇ ਕਿਵੇਂ ਮਹਿਸੂਸ ਹੋਇਆ? ਲੇਖਕ ਨੂੰ ਆਪਣੀ ਗਲੀ ਦਾ ਦ੍ਰਿਸ਼ ਵੇਖ ਕੇ ਕਿਵੇਂ ਮਹਿਸੂਸ ਹੋਇਆ? ਅਰਸ਼ਪ੍ਰੀਤ? ਲੇਖਕ ਨੂੰ ਆਪਣੀ ਗਲੀ ਦਾ ਦ੍ਰਿਸ਼ ਦੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ। ਲੇਖਕ ਦੀ ਆਪਣੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ। ਲੇਖਕ ਨੂੰ ਬੜੀ ਮੁਸ਼ਕਿਲ ਨਾਲ ਖੂਹ ਤਾਂ ਲੱਭ ਪਿਆ, ਪਰ ਹੁਣ ਉੱਥੇ ਨਾ ਕੋਈ ਗਲੀ ਤੇ ਨਾ ਮਕਾਨ ਸੀ। ਵੰਡ ਤੋਂ ਪਹਿਲਾਂ ਖੂਹ ਦੇ ਐਨ ਸਾਹਮਣੇ ਉਸਦੇ ਚਾਚੇ ਦਾ ਘਰ ਸੀ। ਮੋਕਲੇ ਜਿਹੇ ਗਲੀਆਂ ਦੇ ਮੇਲ ਉੱਤੇ ਸਾਰਾ ਦਿਨ ਜਨਾਨੀਆਂ ਚਰਖੇ ਘੁਕਾਉਂਦੀਆਂ ਰਹਿੰਦੀਆਂ। ਲੇਖਕ ਦੇ ਚਾਚੇ ਦੇ ਘਰ ਦਾ ਦਰਵਾਜ਼ਾ ਪੁਰਾਣੀ ਕਿਸਮ ਦਾ ਸੀ, ਜਿਸ ਦੀ ਲੱਕੜੀ ਉੱਪਰ ਬਿਹਤਰੀਨ ਚੌਬਕਾਰੀ ਦਾ ਕੰਮ ਹੋਇਆ ਸੀ। ਉਸ ਨੂੰ ਆਪਣੀ ਗਲੀ 40 ਸਾਲਾਂ ਬਾਅਦ ਦੇਖ ਕੇ ਉਸਨੂੰ ਬਹੁਤ ਵਧੀਆ ਲੱਗਾ, ਲੇਕਿਨ ਉਸਨੇ ਦੇਖਿਆ ਕਿ ਸਾਰਾ ਕੁਛ ਹੀ ਬਦਲ ਚੁੱਕਾ ਸੀ। ਠੀਕ ਹੈ, ਗੁਡ। ਹਾਂਜੀ ਰਮਨੀ? ਯੈਸ ਮੈਮ, ਲੇਖਕ ਨੂੰ ਯਾਦ ਸੀ ਕਿ ਉਸਦੀ ਆਪਣੀ ਗਲੀ ਦੀ ਨੁੱਕਰ ਉੱਤੇ ਖੂਹ ਹੁੰਦਾ ਸੀ। ਲੇਖਕ ਦੀ ਕੋਸ਼ਿਸ਼ ਕਰਨ ਤੇ ਉਸਨੂੰ ਖੂਹ ਤਾਂ ਲੱਭ ਗਿਆ, ਪਰ ਹੁਣ ਉੱਥੇ ਨਾ ਕੋਈ ਗਲੀ ਤੇ ਨਾ ਹੀ ਕੋਈ ਮਕਾਨ ਸੀ। ਭਾਰਤ ਦੀ ਵੰਡ ਤੋਂ ਪਹਿਲਾਂ ਇਸ ਖੂਹ ਦੇ ਬਿਲਕੁਲ ਸਾਹਮਣੇ ਲੇਖਕ ਦੇ ਚਾਚੇ ਦਾ ਘਰ ਸੀ। ਜਿਸ ਥਾਂ ਗਲੀਆਂ ਦਾ ਮੇਲ ਹੁੰਦਾ ਉਹ ਖਾਲੀ ਥਾਂ ਸੀ। ਉੱਥੇ ਸਾਰਾ ਦਿਨ ਔਰਤਾਂ ਚਰਖੇ ਚਲਾਉਂਦੀਆਂ ਰਹਿੰਦੀਆਂ ਸਨ। ਲੇਖਕ ਦੇ ਚਾਚੇ ਦੇ ਘਰ ਦਾ ਦਰਵਾਜ਼ਾ ਪੁਰਾਣੇ ਕਿਸਮ ਦਾ ਸੀ, ਜਿਸਦੀ ਲੱਕੜੀ ਉੱਪਰ ਬਿਹਤਰੀਨ ਚੌਬਕਾਰੀ ਦਾ ਕੰਮ ਹੋਇਆ ਸੀ। ਲੇਖਕ ਨੂੰ ਆਪਣੀ ਗਲੀ ਦਾ ਦ੍ਰਿਸ਼ ਵੇਖ ਕੇ ਬਹੁਤ ਅੱਛਾ ਲੱਗਿਆ ਸੀ। ਠੀਕ ਹੈ, ਗੁੱਡ। ਕਿ ਲੇਖਕ ਨੂੰ ਕਿੱਦਾਂ ਦਾ ਫੀਲ ਹੋਇਆ ਸੀ ਜਦੋਂ ਆਪਣੀ ਗਲੀ ਵਿੱਚ ਪਹੁੰਚਿਆ? ਪਹਿਲਾਂ ਤੇ ਉਹਦੇ ਮਨ ਵਿੱਚ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ, ਕਿੱਦਾਂ ਉਸਨੇ ਆਪਣਾ ਬਚਪਨ ਬਿਤਾਇਆ ਸੀ, ਕਿਸ ਤਰ੍ਹਾਂ ਆਪਣੇ ਦੋਸਤਾਂ ਦੇ ਨਾਲ ਉੱਥੇ ਰਹਿੰਦਾ ਸੀ। ਠੀਕ ਹੈ, ਫਿਰ ਉਹਨੂੰ ਲੱਗਾ ਕਿ ਉਹ ਖੂਹ ਦੇ ਵੱਲ ਇੱਕ ਘਰ ਹੈ, ਉਹਨੂੰ ਆਪਣੇ ਚਾਚਾ ਗੁਲਾਮ ਮੁਹੰਮਦ ਦਾ ਘਰ ਨਜ਼ਰ ਆਉਂਦਾ। ਉਹਨੂੰ ਫੀਲ ਹੁੰਦਾ ਹੈ ਕਿ ਉਹ ਜਿਹੜਾ ਉਹਦੀ ਜ਼ਮੀਨ ਹੈ, ਉਹਦੇ ਘਰ ਦੀ ਜ਼ਮੀਨ ਹੈ, ਉਹ ਚਾਚਾ ਜੀ ਨੇ ਆਪਣੇ ਨਾਲ ਰਲਾ ਲਈ ਹੈ, ਮਤਲਬ ਆਪਣੇ ਘਰ ਦੇ ਨਾਲ ਰਲਾ ਲਈ ਹੈ। ਠੀਕ ਹੈ, ਫਿਰ ਉਹਨੂੰ ਲੱਗਾ, ਅੱਗੇ ਉਹ ਗਲੀ ਦੇਖਦਾ ਤੇ ਗਲੀ ਤਾਂ ਉਹ ਕਹਿੰਦਾ ਕਿ ਪਹਿਲਾਂ ਤੇ ਬਹੁਤ ਸੋਹਣੀ ਹੁੰਦੀ ਸੀ, ਪਰ ਹੁਣ ਕੀ ਹੈ, ਉਹ ਗਲੀ ਹੁਣ ਕੀ ਹੈ, ਭੀੜੀ ਜੀ ਹੋ ਗਈ ਹੈ,
छोटी जी हो गई है क्योंकि काफी सारिया जड़िया इमारत सन वह ढा हो गई सन ते लोगों ने काफी नवे जड़े अपने मकान सन वह बना ले सन। ठीक है, नेक्स्ट क्वेश्चन, चौधरी गुलाम मुहम्मद दा लेखक नाल की रिश्ता सी? गुलाम मुहम्मद, लवलीना, चौधरी गुलाम मुहम्मद लेखक दे चाचा जी सन। बहुत कोशिश करन ते लेखक नू पुछ पुछा के चौधरी गुलाम मुहम्मद दा घर लभ्या सी। उसनों पता लग उस उन्हां दे घर जानते उसनों पता लग गया कि भारत दी वंड तो बाद वो पाकिस्तानी हो गए हन ते वो हिंदुस्तानी रह गया है। उन्होंने उसका बहुत आदर सतिकार किया ते घर विच चाह पानी भी पियाया। पर जदों वो गले मिले उन्होंने कुछ दूरी महसूस हो रही सी क्योंकि उन्हां दे मजहब अलग सन। ठीक है, हाँ जी दिया। यस मैम, चौधरी गुलाम मुहम्मद अते लेखक चौधरी गुलाम मुहम्मद लेखक दा चाचा लगदा सी। ओ एक ही दादे दे पोतरे सन। भारत जदों लेखक चौधरी गुलाम मुहम्मद नू मिलिया तो उन्हां दी अखां विच आंसू आ गए। ओ उसनू वेख के बहुत खुश होया ते उसनू घर विच ले जा के चाह पानी पियाया। भारत दी मिलन ते पता लग गया कि भारत दी वंड तो मगरों दे पिछों गुलाम मुहम्मद मुसलमान बन गए सन पर लेखक हिंदू ही रह गया। ओ पाकिस्तानी सन अते लेखक हिंदुस्तानी। ठीक है, गुड राइट। कि चौधरी गुलाम मुहम्मद दा लेखक दे नाल रिश्ता की सी, वो चाचा जी सन उहदे। ठीक है, ते होगे दोनों हम उमर ही सीगे। ठीक है, ते दादे पोतरे दे भरा सीगे। जदों लेखक उसनों मिलिया पहला ते क्योंकि चौधरी गुलाम मुहम्मद नू कुछ याद नहीं सी आया, 40 साल पहला दी गल है। ते बाद विच वो अपने पिता जी दा नाम लैंदा है लेखक, फिर उन्हों थोड़ा बहुत याद आंदा है, उन्हों गले मिलदा है। पर लेखक नू फील हुंदा है कि असी एक दूसरे दे इन्ना करीब हुंदे होए भी साडे विच इक फासला है। क्यों? क्योंकि जिहड़े चौधरी गुलाम मुहम्मद सन वह पाकिस्तान विच रह गए सन ते वह मुस्लिम बन गए सीगे, ते लेखक हले वह एक हिंदुस्तानी सी ते वह हिंदू बनिया होया सी। ते धर्म की दीवार किते ना किते उन्हां दोनों दे विच आ गई सी, ते इसलिए वह एक दूसरे नू मतलब के इन्ना ज्यादा फील नहीं सी कर पा रहे। ठीक है, चाहे उन्हां दी अखां विच हंजू सन, आंसू नहीं हंजू सन। ठीक है, ते फिर तुसी कहना है कि उसने चौधरी गुलाम मुहम्मद ने ओदी बहुत ज्यादा सेवा की, ओनू अपने घर अंदर लियांदा, अपनी पत्नी नू कहा कि ओदे लई चाह पानी बना। ठीक है, लास्ट, लेखक अपने घर नू वेखण समय आपा लेखक अपने घर नू वेखण समय क्यों आपा खो बैठिया? आपा मतलब वो अपना आप क्यों खो बैठा सी, उनु क्यों होश नहीं सी आ रही? लवलीना, जदों अपने दोस्त दे घर पहुंचा, उपर कोठे उत्ते पुजन ते उसनु अपना घर दिस पिया। उसदे सज्जे पासे उसनु अपने घर दी रसोई भी दिस पई, अते रसोई दिस पई अते उस कमरे विच उसनु याद आया कि उस कमरे विच उसदी भैन दी कुड़माई हुई सी। ओ चीका मार मार के रोन लग पिया अते रब नु कहन लगा कि उसकी भैन मोड़ देवे। उसनू अपनी भैन नाल बहुत लगाव सी पर उसकी भैन मर चुकी सी, इसलिए उसनू दुख हो रहा सी अते ओ ओपरे बंदियां दे सामने अपना आपा खो बैठा अते रोन लग पिया। ठीक है, आशप्रीत। यस मैम, लेखक अपना घर देख के इस घर के आपा खो बैठा क्योंकि उस नाल उसदे बचपन दियां बहुत सारियां यादां संबंधित सन। उसनू अपना उत्थे उसने सारा बचपन बिताया सी, इत्थे वो अपनी मर चुकी भैन नू याद करके रोन लग पिया जिस दी उत्थे कुड़माई हुई सी, अते वो रब नू कहन लग पिया कि उसदी भैन मोड़ देवे। ठीक है, गुड रमीक। सेम और एक्स्ट्रा लाइंस है? एक्स्ट्रा लाइंस, ओके सेम। ठीक है, तो ठीक है अर्शप्रीत दा और लवलीना दा कि लेखक अपने घर नू वेखण समय आपा उसने क्यों खोया, क्योंकि लेखक 40 साल बाद अपने घर गया सी। ठीक है, ओ घर जिथे उसने अपना बचपन बिताया सी
ਆਪਣੇ ਭਰਾ ਦੇ ਨਾਲ ਉਹ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਸੀ। ਭਰਾ ਦਾ ਨਾਮ ਵੀ ਆਇਆ ਸੀ ਨਾ, ਭਰਾ ਦਾ ਨਾਮ ਕੀ ਸੀ? ਭੀਸ਼ਮ। ਠੀਕ ਹੈ, ਭਰਾ ਦੇ ਨਾਲ ਉਹ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਸੀ, ਉਹਦਾ ਆਪਣੀ ਭੈਣ ਦੇ ਨਾਲ ਬਹੁਤ ਜ਼ਿਆਦਾ ਲਗਾਵ ਸੀ। ਠੀਕ ਹੈ, ਤੇ ਜਦੋਂ ਉਹ ਪਿੰਡ ਪਹੁੰਚਿਆ ਤੇ ਨਾ ਤਾਂ ਪਹਿਲਾਂ ਉਹਨੂੰ ਆਪਣਾ ਘਰ ਨਜ਼ਰ ਆਇਆ ਸੀ, ਉਹਨੂੰ ਪਹਿਲਾਂ ਆਪਣਾ ਘਰ ਹੀ ਨਹੀਂ ਨਜ਼ਰ ਆ ਰਿਹਾ ਸੀ ਨਾ, ਆਪਣਾ ਘਰ ਹੀ ਲੱਭੀ ਜਾ ਰਿਹਾ ਸੀ ਉਹ। ਠੀਕ ਹੈ, ਫਿਰ ਉਹਨੂੰ ਜਦੋਂ ਆਪਣਾ ਘਰ ਨਜ਼ਰ ਆਇਆ, ਉਹ ਵੀ ਉਹਨੂੰ ਕਿੱਥੇ ਜਾ ਕੇ ਨਜ਼ਰ ਆਇਆ ਸੀ? ਆਪਣੇ ਇੱਕ ਦੋਸਤ ਦੇ ਘਰ ਦੇ ਉੱਪਰ ਗਿਆ, ਜਿਹੜਾ ਚਾਚਾ ਜੀ ਵਾਲਾ ਘਰ ਸੀ ਨਾ, ਉਹਦਾ ਮਤਲਬ ਉਹ ਚਾਚਾ ਜੀ ਦੀ ਹੀ ਜ਼ਮੀਨ ਸੀਗੀ, ਪਰ ਉਹਨਾਂ ਨੇ ਨਾਲ ਨਾ ਉਹ ਜ਼ਮੀਨ ਨੂੰ ਕੰਬਾਈਨ ਕਰ ਲਿਆ ਸੀਗਾ। ਫਿਰ ਉਹਨੇ ਐਗਜੈਕਟ ਪਛਾਣ ਹੋਈ ਸੀਗੀ ਕਿ ਇਹ ਸਾਡਾ ਘਰ ਹੈ। ਉਹਨੂੰ ਰਸੋਈ ਨਜ਼ਰ ਆਈ ਆਪਣੇ ਘਰ ਦੀ, ਉਹਨੂੰ ਉਹ ਕਮਰਾ ਨਜ਼ਰ ਆਇਆ ਜਿੱਥੇ ਉਹਦੀ ਭੈਣ ਦੀ ਕੁੜਮਾਈ ਮੰਗਣੀ ਹੋਈ ਸੀ। ਠੀਕ ਹੈ, ਤੇ ਉਹ ਉੱਚੀ ਉੱਚੀ ਰੋ ਪਿਆ। ਉਹਦੇ ਦੋਸਤਾਂ ਨੇ ਜਦੋਂ ਉਹਨੂੰ ਪੁੱਛਿਆ ਕਿ ਤੂੰ ਰੋ ਕਿਉਂ ਰਿਹਾ ਹੈ, ਉਹ ਕਹਿੰਦੇ ਕਿ ਮੈਨੂੰ ਆਪਣੇ ਮਰੀ ਹੋਈ ਭੈਣ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਹੈ। ਫਿਰ ਉਹ ਆਪਣਾ ਆਪਾ ਖੋ ਬੈਠਿਆ, ਉਹ ਫੇਂਟ ਹੋ ਗਿਆ ਸੀ ਨਾ, ਬੇਹੋਸ਼ ਹੋ ਗਿਆ ਸੀ। ਕਿਉਂ ਬੇਹੋਸ਼ ਹੋ ਗਿਆ ਸੀ? ਆਪਣੀ ਭੈਣ ਨੂੰ ਯਾਦ ਕਰਦਾ ਹੋਇਆ। ਔਰ ਫਿਰ ਕਹਿੰਦਾ ਹੈ ਕਿ ਉਹਨੂੰ ਬਾਅਦ ਵਿੱਚ ਸ਼ਰਮਿੰਦਾ ਵੀ ਹੋਇਆ ਕਿ ਇੱਥੇ ਹੁਣ ਉਹਦਾ ਆਪਣਾ ਤੇ ਕੋਈ ਹੈ ਨੀ, ਤੇ ਮੈਂ ਪਰਾਏ ਲੋਕਾਂ ਦੇ ਵਿੱਚ ਕਰ ਕੀ ਰਿਹਾ, ਮੈਂ ਇੱਥੇ ਕਰਨ ਕੀ ਆਇਆ ਸੀ। ਮਤਲਬ ਉਹਨੂੰ ਆਪਣੇ ਆਪ ਵਿੱਚ ਬਾਅਦ ਵਿੱਚ ਫੀਲ ਹੋ ਰਿਹਾ ਸੀਗਾ ਕਿ ਮੈਂ 3 ਘੰਟੇ ਵੇਸਟ ਕੀਤੇ ਤੇ ਇੱਥੇ ਆਇਆ ਇਹ ਦੇਖਣ ਕਿ ਇੱਥੇ ਮੇਰਾ ਕੋਈ ਆਪਣਾ ਹੋਏਗਾ ਗਲੇ ਲਗਾਏਗਾ। ਪਰ ਜਿਹੜਾ ਉਹਦਾ ਆਪਣਾ ਵੀ ਸੀਗਾ ਗੁਲਾਮ ਮੁਹੰਮਦ, ਉਹਨੇ ਵੀ ਉਹਨੂੰ ਚਾਹੇ ਗਲੋਂ ਲਗਾਇਆ ਪਰ ਉਹਨੂੰ ਦਿਲੋਂ ਥੋੜੀ ਮਿਲਿਆ ਸੀ। ਠੀਕ ਹੈ ਨਾ, ਇਸ ਲਈ ਉਹਨੂੰ ਬਹੁਤ ਜ਼ਿਆਦਾ ਫੀਲ ਹੋਇਆ ਤੇ ਉਹ ਆਪਣਾ ਆਪ ਜਿਹੜਾ ਸੀ ਹੋ ਬੈਠਾ ਸੀ। ਕਲੀਅਰ ਹੈ ਬੇਟਾ? ਕੁਸ਼ਚਨ ਆਨਸਰ 7 ਕੁਸ਼ਚਨਸ ਨੇ। ਕਿਸੇ ਨੂੰ ਕੋਈ ਡਾਊਟ ਹੋਵੇ ਕਿਸੇ ਕੁਸ਼ਚਨ ਵਿੱਚ, ਪਲੀਜ਼ ਰੇਜ਼ ਯੋਰ ਹੈਂਡ, ਗੋ ਥਰੂ ਹੋ ਜਾਓ ਇੱਕ ਵਾਰੀ ਕੁਸ਼ਚਨ। ਹਾਂਜੀ ਹਾਂਜੀ ਮੈਮ, ਸੈਕਿੰਡ ਕੁਐਸਚਨ ਮੈਂ ਇੰਸਪੈਕਟਰ ਕੈਸੇ ਪੇਸ਼ ਆਇਆ ਸੀ ਲੇਖਕ ਨਾਲ, ਮੈਮ ਉਹ ਐਕਸਪਲੇਨ ਕਰ ਦਿਓ। ਇੰਸਪੈਕਟਰ ਬੇਟਾ ਜਦੋਂ ਉਹ ਇੰਸਪੈਕਟਰ ਕੋਲ ਗਿਆ, ਜਦੋਂ ਉਹਨਾਂ ਨੇ ਐਂਟਰ ਕਰਨਾ ਸੀ ਨਾ ਆਪਣੇ ਉੱਥੇ ਵਤਨ ਵਿੱਚ ਪਾਕਿਸਤਾਨ ਵਿੱਚ, ਤੇ ਉਹਨਾਂ ਨੇ ਇੰਸਪੈਕਟਰ ਨੇ ਕੀ ਕੀਤਾ, ਉਹਦਾ ਟਾਈਮ ਜਿਹੜਾ ਹੈ ਵੇਸਟ ਨਾ ਹੋਵੇ ਇਸ ਲਈ ਉਹਨੇ ਆਉਣ ਤੇ ਜਾਣ ਦੇ ਇਕੱਠੇ ਹੀ ਉਹਨੇ ਸਾਈਨ ਕਰ ਦਿੱਤੇ ਸਨ, ਦਸਤਖਤ ਕਰ ਦਿੱਤੇ ਸਨ। ਠੀਕ ਹੈ, ਤਾਂ ਕਿ ਉਹਦਾ ਜਿਹੜਾ ਟਾਈਮ ਹੈ ਉਹ ਸੇਵ ਹੋ ਸਕੇ, ਇਸ ਲਈ ਉਹਨੇ ਇੱਕ ਪਿਆਰ ਭਰਿਆ ਵਤੀਰਾ ਉਹਦੇ ਨਾਲ ਪੇਸ਼ ਕੀਤਾ ਸੀ। ਠੀਕ ਹੈ, ਤੇ ਪ੍ਰਬੰਧਕ ਦਾ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ। ਹਾਂਜੀ, ਕੋਈ ਹੋਰ ਡਾਊਟ ਬੇਟਾ ਕੁਸ਼ਚਨ ਆਨਸਰਸ ਵਿੱਚ? ਇਹ ਤੁਸੀਂ ਕੁਸ਼ਚਨ ਆਪਣੀ ਫੇਅਰ ਨੋਟਬੁੱਕ ਤੇ ਲਿਖਣੇ ਨੇ, ਜਿਨ੍ਹਾਂ ਨੇ ਤਾਂ ਆਨਸਰ ਦਿੱਤੇ ਉਹਨਾਂ ਨੂੰ ਸੁਣ ਗਿਆ ਹੋਏਗਾ, ਉਹਨਾਂ ਨੂੰ ਸਮਝ ਲੱਗ ਗਈ ਹੋਏਗੀ। ਜਿਨ੍ਹਾਂ ਨੇ ਸੁਣਿਆ ਵੀ ਹੋਏਗਾ ਉਹਨਾਂ ਨੂੰ ਵੀ ਸਮਝ ਲੱਗ ਗਈ ਹੋਏਗੀ। ਠੀਕ ਹੈ, ਔਰ ਜਸਰੂਪ ਕਲਾਸ ਲਗਾ ਰਹੀ ਹੈ, ਜਸਰੂਪ ਵੈਰੀ ਗੁੱਡ, ਕੀਪ ਇਟ ਅਪ। ਏਦਾਂ ਹੀ ਤੁਸੀਂ ਡੇਲੀ ਕਲਾਸ ਲਗਾਉਣੀ ਹੈ, ਹਰ ਇੱਕ ਸਬਜੈਕਟ ਦੀ ਕਲਾਸ ਲਗਾਉਣੀ ਹੈ। ਇੱਕ ਵੀ ਸਬਜੈਕਟ ਵਿੱਚੋਂ ਦੀ ਤੁਸੀਂ ਐਬਸੈਂਟ ਹੋ ਗਏ ਤਾਂ ਹਰ ਇੱਕ ਸਬਜੈਕਟ ਦੀ ਅਲੱਗ ਅਲੱਗ ਲਿਸਟ ਜਾਂਦੀ ਹੈ ਬੇਟਾ ਅੰਦਰ। ਠੀਕ ਹੈ, ਸੋ ਤੁਸੀਂ ਪ੍ਰੋਪਰਲੀ ਆਪਣੀਆਂ ਕਲਾਸਿਸ ਲਗਾਉਣੀਆਂ ਨੇ, ਕੋਈ ਕਲਾਸ ਮਿਸ ਨਹੀਂ ਕਰਨੀ। ਕੋਈ ਡਾਊਟ ਨਹੀਂ ਹੈ ਜੀ ਤੁਹਾਡਾ? ਨਹੀਂ, ਵਨ ਵਰਡ ਕੁਐਸਚਨਸ ਬੇਟਾ। ਆਪਾਂ ਸਾਡਾ ਪੀਰੀਅਡ ਸੈਟਰਡੇ ਨੂੰ ਹੈ, ਆਪਾਂ ਸੈਟਰਡੇ ਨੂੰ ਡਿਸਕਸ ਕਰਾਂਗੇ। ਪਹਿਲਾਂ ਸਾਡੇ ਕੋਲ ਲਾਸਟ 8 ਜਾਂ 9 ਮਿੰਟ ਰਹਿੰਦੇ ਨੇ, ਤੁਹਾਡਾ ਕੱਲ ਟੈਸਟ ਹੈ। ਠੀਕ ਹੈ, ਟੈਸਟ ਤੁਹਾਡਾ ਗੂਗਲ ਫਾਰਮ ਤੇ ਆਏਗਾ। ਔਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਗਰ ਕੋਈ ਬੱਚਾ ਟਿਊਸ਼ਨ ਜਾਂਦਾ ਮੈਨੂੰ ਇਨਫੋਰਮ ਕਰ ਦਿਓ, ਮੈਨੂੰ 3 ਬੱਚਿਆਂ ਦੇ ਮੈਸੇਜ ਆ ਗਏ ਨੇ। ਠੀਕ ਹੈ, ਉਹ ਟਿਊਸ਼ਨ ਜਾਂਦੇ ਨੇ ਤਾਂ ਮੈਂ ਅੱਗੋਂ ਦੀ ਤੁਹਾਡੀ ਜਿਹੜੀ ਮੈਸੇਜ ਹੈ ਤੁਹਾਡਾ ਮੈਂ ਕਨਵੇ ਕਰ ਦੇਵਾਂਗੀ। ਓਕੇ, ਸੋ ਅੱਜ ਤੁਹਾਨੂੰ 5 ਵਜੇ, ਕੱਲ ਤੁਹਾਨੂੰ 5 ਵਜੇ ਆਏਗਾ। ਟਾਈਮਿੰਗ ਜਿੱਦਾਂ ਦੇ ਵੀ ਹੋਣਗੇ ਮੈਂ ਤੁਹਾਨੂੰ ਦੱਸ ਦੇਵਾਂਗੀ। ਗੂਗਲ ਫਾਰਮ ਦੇ ਵਿੱਚ ਆਏਗਾ ਬੇਟਾ, ਗੂਗਲ ਫਾਰਮ ਤੁਸੀਂ ਆਲਰੇਡੀ ਕਰਦੇ ਆ ਰਹੇ ਹੋ, ਹੈ ਨਾ, ਸੋ ਤੁਹਾਨੂੰ ਸਭ ਨੂੰ ਪਤਾ ਹੈ ਟਾਈਮਲੀ ਸਬਮਿਟ ਕਰਨਾ ਹੈ। ਓਕੇ, ਸੋ ਹਰ ਇੱਕ ਕੁਐਸਚਨ ਨੂੰ ਚੰਗੀ ਤਰ੍ਹਾਂ ਨਾਲ ਰੀਡ ਕਰਕੇ ਫਿਰ ਉਹਦਾ ਆਨਸਰ ਦੇਣਾ ਹੈ। ਠੀਕ ਹੈ, ਮੌਨ ਤਾਰੀਖ ਆਂਗੀ ਹੈ ਔਰ ਕਿਰਿਆ ਹੈ, ਰਾਈਟ? ਸੋ ਮੌਨ ਤਾਰੀਖ ਆਂਗੀ ਦਾ ਤਾਂ ਤੁਹਾਨੂੰ ਪਤਾ ਹੀ ਹੈ। ਠੀਕ ਹੈ, ਆਪਾਂ ਕਿਰਿਆ ਕਰਦੇ ਹਾਂ, ਕਿਰਿਆ ਕੀਤੀ ਸੀ ਨਾ ਆਪਾਂ, ਪਹਿਲਾਂ ਕੀਤੀ ਸੀਗੀ, ਫਿਰ ਉਹਦੇ ਰੂਪ ਕੀਤੇ ਸੀ ਆਪਾਂ ਜੂਨ ਵਿੱਚ। ਠੀਕ ਹੈ, ਸੋ ਹੁਣ ਤੁਸੀਂ ਹੀ ਮੈਨੂੰ ਦੱਸਣਾ ਹੈ, ਅਗਰ ਤੁਹਾਨੂੰ ਯਾਦ ਹੋਏਗਾ ਤਾਂ ਜਸਟ ਰਿਵਾਈਜ਼ ਕਰਦੇ ਹਾਂ। ਠੀਕ ਹੈ, ਇਹਨੂੰ ਤੁਸੀਂ ਆਪਣੀ ਫੇਅਰ ਕਾਪੀ ਤੇ ਲਿਖਣਾ ਨਹੀਂ ਹੈ, ਬਿਕੋਜ਼ ਤੁਸੀਂ ਆਲਰੇਡੀ ਲਿਖ ਚੁੱਕੇ ਹੋ। ਜਿਨ੍ਹਾਂ ਦੀ ਉਸ ਟਾਈਮ ਕਲਾਸ ਮਿਸ ਹੋ ਗਈ ਸੀ ਤਾਂ ਤੁਸੀਂ ਹੁਣ ਦੇਖ ਸਕਦੇ ਹੋ। ਠੀਕ ਹੈ, ਕਿਰਿਆ। ਓਕੇ, ਸੋ ਪਹਿਲਾਂ ਦੇਖੋ ਆਪਾਂ ਕਿਰਿਆ ਦਾ ਕੀਤਾ ਸੀਗਾ ਡੈਫੀਨੇਸ਼ਨ। ਕਿਰਿਆ ਦੀ ਡੈਫੀਨੇਸ਼ਨ ਕੌਣ ਦੱਸੇਗਾ? ਕਿਰਿਆ ਡੈਫੀਨੇਸ਼ਨ ਐਗਜੈਕਟ ਤਾਂ ਨਹੀਂ, ਭਾਵੇਂ ਆਪਣੀ ਵਰਡਿੰਗ ਚ ਦੱਸ ਦੋ। ਹਾਂਜੀ ਲਵਲੀਨਾ, ਜੋ ਕੰਮ ਹੋ ਰਿਹਾ ਹੁੰਦਾ ਹੈ ਉਸਨੂੰ ਕਿਰਿਆ ਕਹਿੰਦੇ ਹਨ।
जो काम हो रहा होंदा है, ठीक है, काम दा होना वापरना आदि उन्हों आपां की कहंदे हां क्रिया कहंदे हां। ठीक है, सो क्रिया दा संबंध किस नाल है, क्रिया दा संबंध किस नाल है, काल नाल। ठीक है, एदे नाल एदा संबंध है, एमसीक्यूज विच भी पूछा जा सकता है। ठीक है, क्रिया दा संबंध किस नाल है, काल नाल। ओके, सो ए हो गई इहदी डेफिनेशन। नेक्स्ट इहदियां टाइप्स सीगियां केड़ियां केड़ियां रमी, केड़ियां केड़ियां मैम? सकर्मक क्रिया, अकर्मक क्रिया। ठीक है जी, सकर्मक ते अकर्मक। ठीक है, सकर्मक ते अकर्मक। सकर्मक मतलब कर्म सहित, एदे विच करता क्रिया कर्म तीनों ही हुंदे ने। ठीक है, करता कर्म प्लस क्रिया, ते अकर्मक मतलब बिना कर्म तो, एदे विच करता ते क्रिया ही हुंदे ने। ठीक है, हुण अगो ए भी सब टाइप्स सी इना दियां केड़ियां केड़ियां दिया मैम? सहकर्मक दी, पूरन सहकर्मक अते अपूरन सहकर्मक। ठीक है, पूरन सहकर्मक, सेकंड अपूरन सहकर्मक। ठीक है, राइट, ते अकर्मक दिया पूरन अकर्मक अते अपूरन अकर्मक। ठीक है, पूरन अकर्मक ते अपूरन अकर्मक। ਇਹਨਾਂ ਬੱਚਿਆਂ ਦੀ ਨਾਲ ਨਾਲ ਪ੍ਰੈਜੈਂਟੇਸ਼ਨ ਵੀ ਹੋਈ ਜਾ ਰਹੀ ਹੈ। ਠੀਕ ਹੈ, ਸੋ ਕਦੀ ਕਦੀ ਤੁਹਾਡੀ ਪ੍ਰੈਜੈਂਟੇਸ਼ਨ ਵੀ ਹੋਇਆ ਕਰੇਗੀ, ਅੱਧਾ ਤਾਂ ਕਲਾਸ ਵਿੱਚ ਹੁੰਦੀ ਸੀ ਨਾ ਪ੍ਰੈਜੈਂਟੇਸ਼ਨ। ਠੀਕ ਹੈ, ਹੁਣ ਤੁਹਾਡੀ ਜ਼ੂਮ ਤੇ ਪ੍ਰੈਜੈਂਟੇਸ਼ਨ ਹੋਇਆ ਕਰੇਗੀ, ਰਾਈਟ। ਹੁਣ ਅੱਗੋ ਦੀ ਦੱਸੋ ਜੀ, ਪੂਰਨ ਸਕਰਮਕ ਕਿਰਿਆ ਕੌਣ ਦੱਸੇਗਾ? ਪੂਰਨ ਸਕਰਮਕ ਕਿਰਿਆ ਤੇ ਅਪੂਰਨ ਸਕਰਮਕ ਕਿਰਿਆ ਦੀਆ ਕੁੜੀਆਂ ਗਿੱਧਾ ਪਾਉਂਦੀਆਂ ਹਨ। ਪੂਰਨ ਸਕਰਮਕ ਮੀਨਸ ਜਿਹਦੇ ਵਿੱਚ ਇਹ ਚੀਜ਼ਾਂ ਹੋਣ, ਕਰਤਾ ਵੀ ਹੋਵੇ, ਕਰਮ ਵੀ ਹੋਵੇ ਤੇ ਕਿਰਿਆ ਵੀ ਹੋਵੇ। ਜਿਸ ਤਰ੍ਹਾਂ ਕੁੜੀਆਂ ਗਿੱਧਾ ਪਾਉਂਦੀਆਂ ਹਨ। ਠੀਕ ਹੈ, ਗੁੱਡ, ਰਾਈਟ। ਇਹਦੇ ਵਿੱਚ ਕੀ ਹੈ, ਕਰਤਾ ਵੀ ਹੈ, ਕਰਮ ਵੀ ਹੈ, ਕਿਰਿਆ ਵੀ ਹੈ। ਠੀਕ ਹੈ, ਨੈਕਸਟ ਅਪੂਰਨ ਮੈਮ, ਮਾਤਾ ਜੀ ਨੇ ਉਸਨੂੰ ਬਣਾ ਦਿੱਤਾ। माता जी ने उसनू बना दिता, की बना दिता नहीं पता। ठीक है, की बना दिता थानू नहीं पता। एक मैं थानू क्या सी, ने वर्ड भी लगा लो, है ना, जिस तरह ने हो गया, करता दे नाल हो गया। ठीक है, ने हो गया, राइट। इस तरह फिर पूरन अकर्मक ते अपूरन अकर्मक केड़े हुए अर्शप्रीत? पूरन अकर्मक ते अपूरन अकर्मक। यस मैम। मैम जैसे पूरन अकर्मक में शेर गरजया। ठीक है, शेर गरजया, बच्चा रोया। ठीक है, शेर गरजया मतलब कर्म मिसिंग। ते अपूरन मैम जेड़ी अकर्मक क्रिया करता नाल मिलके पूरा ते पूरा सहज वाक बनावे। मैम उसमें होगा पानी हो गया है, वो उसमें सेंटेंस कर्म नहीं होगा। ठीक है, पानी हो गया, राइट। बच्चा बच्चे नु हो गया, बच्चे नु की हो गया, कुछ नहीं पता लग रहा। ठीक है, सो ए सी, ओके, डन है, सही है जी ये। ओके, जस्ट रिवाइज करना है तुसी। ठीक है, इत्थे मैं थानू दस्या सीगा कि अपूरन दे विच आपा हमेशा ने लगाना है। ठीक है, आपा कीता सी ना कारक, करता कारक, राइट, ओदे विच ने। एदे विच ए जड़ी उपर वाली टाइप है ना, ए सकर्मक ते अकर्मक दी सेम ही है। एदे विच कर्म होएगा, ओदे विच कर्म नहीं होएगा। बस आ वालियां लास्ट देखनियां ने तुसी। ठीक है, एदे विच क्वेश्चन रेज हो रहा, पानी की हो गया, गर्म हो गया, ठंडा हो गया, तत्ता हो गया, कोसा हो गया। ठीक है, एदे विच गल कंप्लीट नहीं है। हरजीत ने अपनी मां नूं कहा, की कहा, नहीं पता लग रहा। ठीक है, डन। उस तो बाद विच बेटा आपा कितने सी क्रिया दे रूप। ठीक है, क्रिया दे रूप केड़े केड़े सी, केड़े केड़े सी,
हां जी रमनी केड़े केड़े सी यस मैम क्रिया दे रूप हन संसर्गी क्रिया सहायक क्रिया ते मुख क्रिया ओके बेटा जेडी पहला ना ओ किस्मा या ए जड़े ने ए रूप ने जे थानो रूप पूछे जावे तो फिर तुसी ए लिखने ने किस्मा नहीं लिखनियां ठीक है संसर्गी सहायक ते मुख ठीक है हुन संसर्गी दे विच आपा की लैंदे सी डेफिनेशन केड़ी हुंदी सी अर्शप्रीत पता है ओके हां जी अर्शप्रीत मैम उसमें है सी सन लगते हैं उसमें क्रिया नहीं हुंदी है विशेषण लगा हुंदा है ये दे विच क्रिया नहीं हुंदी ये दे विच विशेषण लगा हुंदा है जिस तरह राम अमीर है ओह बहादुर है ठीक है पीछे है सी सन लगे होण हेल्पिंग वर्ब्स लगे होण प्लस विशेषण लगा होवे ओदा कोई ना कोई गुण या औगुण दस्या जावे ओह कंजूस है ओह कंजूस सी ठीक है ए सारे विशेषण लगा होवे गुड सहायक दे विच की सी बेटा सहायक क्रिया अर्चिता अर्चिता सहायक मैम जिसमें जिसमें सकदा चाहिदा लग्या हुंदा है अते क्रिया ही हुंदी है ठीक है जेदे विच सकदा चाहिदा लग्या हुंदा है जिमें जिमें मैम जिमें जिमें तुसी गा सकदे हो ठीक है तुसी गा सकदे हो है ना तुसी पढ़ सकदे हो मैं गीत गा सकती हां okay. या तो अनु पढ़ना चाहिदा है हां जी वेरी गुड तो अनु पढ़ना चाहिदा है तो अनु सोना चाहिदा है तुसी गीत गा सकदे हो तुसी गा सकदे हो इन विच कर्म होएगा या नहीं भी होएगा ठीक है जिस तरह तुसी गा सकदे हो कर्म नहीं हैगा तुसी गीत गा सकदे हो कर्म है एदी पहचान आपां किद्दां करदे हां सकदा या चाहिदा दे नाल ठीक है नेक्स्ट लास्ट गुड मुख क्रिया मुख क्रिया रमनी मुख क्रिया यस मैम ऐ सहायक क्रिया दे नाल जा उस तो बिना हुंदी है ते इदे विच रखदा है लगदा है गुड रखदा है ठीक है ए सहायक या रखना चाहिदा ठीक है बेटा सहायक क्रिया दे नाल भी है ते सहायक क्रिया तो बिना भी है ठीक है जिस तरह मेनू अपनिया किताबा संभाल के रखनिया चाहिदिया हन ओदे विच सानू अपनी सेहत दा ख्याल रखना चाहिदा है ठीक है सानू अपनी सेहत दा ख्याल रखना चाहिदा है ओदे विच रखना भी आ गया ते चाहिदा भी आ गया सहायक क्रिया दे नाल भी है मैं अपनी सेहत दा ध्यान रखदा हां ओ सहायक क्रिया तो बिना ठीक है रखदा मुख क्रिया जिहदे विच मुख चीज आवे ए सकदा चाहिदा दे नाल भी आ सकदी है सकदा चाहिदा तो बिना भी हो सकदी है ठीक है क्लियर है जी